ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਜਸਮੀਤ ਭਾਟੀਆ, ਸਟੱਡੀ ਵੀਜ਼ਾ ਐਕਸਪਰਟ ਲੈਂਡਮਾਰਕ ਇਮੀਗ੍ਰੇਸ਼ਨ ਤੋਂ। ਅੱਜ ਅਸੀਂ ਫਿਰ ਤੋਂ ਇੱਕ ਵਾਰੀ ਗੱਲ ਕਰਾਂਗੇ ਕੈਨੇਡਾ ਸਟੂਡੈਂਟ ਵੀਜ਼ਾ ਦੀ। ਕੈਨੇਡਾ ਸਟੂਡੈਂਟ ਵੀਜ਼ਾ ਲਈ ਬਹੁਤ ਸਾਰੇ ਸਟੂਡੈਂਟਸ ਕਨਫਿਊਜ਼ ਚੱਲ ਰਹੇ ਨੇ ਕਿ ਕਿਹੜੀ ਕੈਟੇਗਰੀ 'ਚ ਅਪਲਾਈ ਕਰੀਏ। ਤਿੰਨ ਕੈਟੇਗਰੀਜ਼ ਹੈਗੀਆਂ, SDS, ਜੈਨਰਿਕ ਔਰ ਯੂਨੀਵਰਸਿਟੀ। ਤਿੰਨਾਂ ਕੈਟੇਗਰੀਜ਼ 'ਚ ਅਸੀਂ ਸਟੂਡੈਂਟ ਵੀਜ਼ਾ ਲਈ ਅਪਲਾਈ ਕਰ ਸਕਦੇ ਹਾਂ। SDS ਲਈ ਅਪਲਾਈ ਕਰਨ ਲਈ ਸਾਨੂੰ 6 ਈਚ ਬੈਂਡ ਚਾਹੀਦੇ ਨੇ ਔਰ ਪੂਰੇ ਸਾਲ ਦੀ ਫੀਸ ਦੇਣੀ ਪਏਗੀ। ਬਟ ਜੈਨਰਿਕ ਔਰ ਯੂਨੀਵਰਸਿਟੀ ਕੈਟੇਗਰੀ ਲਈ ਓਵਰਆਲ 6 ਬੈਂਡ ਨਾਲ ਤੁਸੀਂ ਅਪਲਾਈ ਕਰ ਸਕਦੇ ਹੋ ਅਤੇ 1 ਸਮੈਸਟਰ ਦੀ ਫੀਸ ਦੇ ਕੇ ਵੀ ਆਪਣੀ ਵੀਜ਼ਾ ਫਾਈਲ ਅਪਲਾਈ ਕਰ ਸਕਦੇ ਹੋ। ਅੱਜ ਦੀ ਡੇਟ 'ਚ ਲੈਂਡਮਾਰਕ ਇਮੀਗ੍ਰੇਸ਼ਨ ਦਾ ਵੀਜ਼ਾ ਸਕਸੈਸ ਰੇਟ ਅਬਵ 90% ਚੱਲ ਰਿਹਾ ਸਪਤੰਬਰ 2018 ਔਰ ਜਨਵਰੀ 2019 ਦੇ ਵੀਜ਼ਾਜ਼ ਲਈ। ਜਨਵਰੀ 2019 ਦੇ ਵੀ ਵੀਜ਼ਾਜ਼ ਆ ਚੁੱਕੇ ਨੇ। ਸੋ ਜੇ ਤੁਸੀਂ ਹੁਣ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਅਕਤੂਬਰ 2018 ਔਰ ਜਨਵਰੀ 2019 'ਚ ਸੀਟਸ ਅਵੇਲੇਬਲ ਹੈਗੀਆਂ ਸਾਰੇ ਮਨਪਸੰਦ ਕੋਰਸਿਸ ਲਈ। ਫ੍ਰੀ ਕਾਉਂਸਲਿੰਗ ਲਈ ਨੀਅਰੈਸਟ ਆਫਿਸ ਵਿਜ਼ਿਟ ਕਰੋ। ਥੈਂਕ ਯੂ।